लुधियाना RTA अधीन सिविल लाइंस विखे चल रहे ड्राइविंग टेस्ट के लाइसेंस सेंटर विच लुधियाना पछमी दे विधायक गुरप्रीत गोगी वालों छावा मारिया गया, जिन्ह ने इस दौरान कथित तौर पर लोगों को पर्चियां कट रहे निजी व्यक्तियों को पुलिस हवाले कर दिता। लुधियाना तो अमन टांगर की रिपोर्ट, लाइव भारत। मैं तो उही गल पहला भी कह के हटिया, हूँ भी कह रहा भी सरदार रवनीत सिंह बिट्टू को भी अतवाद के सपने लैने बंद कर देने। जो 84 का दौर से हूँ खत्म हो चुका, यह हूँ नवे पंजाब का रंगले पंजाब का माहौल बन जा रहा है। ये यहोजी गल् करके आप नौजवानों या दूजा प्रवोक करने की कोशिश ना करिए, ठीक है। लोग भी समझ चुके हैं ना, लोगों ने प्रवोक होना, लोगों ने तुम्हें नकारता है, तो भी टाइम 2024 आ रहा है, तो लोग भी जो भी बनता रिजल्ट दे देने। जिक्र किया, उन्होंने कहा है कि 5 महीने हो गए हैं उन्होंने, तो लेकिन उन्होंने जेडे साथी फड़े जा रहे हैं, उन्होंने इल्जाम लाए जा रहे हैं कि ना वो करोड़ों रुपया, वो कहने करोड़ों रुपया मैं साइन करने तैयार हाँ जिते कराने, करते भी है नहीं, आप छट के मुड़ के आप चले गए फिर छुट्टी से। उन्होंने कहा कि भारत जोड़ो यात्रा अभी इतने लिया सकते, मैं तो उही कही जाना फिर बिट्टू जी, भारत जो जोड़ो यात्रा नहीं है, दोषी छोड़ो यात्रा कर रहे हो, ठीक है ना। कोई हड़ताल चल रही है कि ये समझ लीजिए, ऐसे मान लो कि एक सरकारी अधिकारी है। योगी जी साडे नाल धक्का कर रहे, हां जी क्या कह रहे। देखो कलम छोड़ हड़ताल किन्ने कीती है, जेब चूना लावे लुटे खटे की सरकारी मुलाजमान का फर्ज बनता भी प्राइवेट बंदे पिछे जाना। एक रिटायरी बंदा पीएन जिहदा नाम मैं तो हुण याद नहीं की है, एक कोई सिक्योरिटी कंपनी का बंदा ਉਹ ਤੇ ਤੀਜੀ ਕੋਈ ਸਮਾਰਟ ਚਿਪ ਕੰਪਨੀ ਆ ਉਹਦਾ ਬੰਦਾ, ਉਹ ਕਰਪਸ਼ਨ ਕਰ ਰਹੇ ਨੇ। ਸਰਕਾਰੀ ਮੁਲਾਜ਼ਮ ਹੀ ਉੱਥੇ ਕੋਈ ਨਹੀਂ ਸੀ, ਤੁਹਾਡੀ ਸਰਕਾਰ ਤੁਹਾਡੀ ਹੈ ਜੀ। ਹਾਂ ਮੈਂ ਉਹੀ ਕਹਿੰਦਾ ਨਾ, ਸਰਕਾਰੀ ਮੁਲਾਜ਼ਮ ਹੀ ਕੋਈ ਨਹੀਂ ਸੀ। ਸਰਕਾਰੀ ਮੁਲਾਜ਼ਮ ਕਿਉਂ ਕਲਮ ਛੋੜੋ ਹੜਤਾਲ ਕਰਨਗੇ ਭਾਈ, ਮੈਨੂੰ ਪਹਿਲਾਂ ਤਾਂ ਇਸ ਗੱਲ ਦਾ ਜਵਾਬ। ਸਰਕਾਰ ਤੇ ਮੁਲਾਜ਼ਮ ਹੈਵੀ ਹੋ ਗਏ, ਕਿਸ ਗੱਲੋਂ ਹਾਵੀ ਹੋ ਗਏ ਤੁਸੀਂ? ਜਿਵੇਂ ਦੱਸੋ ਗੱਲ ਇਹ ਆ, ਮੇਰੀ ਗੱਲ ਸੁਣੋ, ਜੇ ਤਾਂ ਉਹ ਮੁਲਾਜ਼ਮ ਸਾਡੇ ਦੋਸਤ ਭਰਾ ਇਹਨਾਂ ਦੋਸ਼ੀਆਂ ਨੂੰ ਮਤਲਬ ਜਿਨ੍ਹਾਂ ਨੇ ਉੱਥੇ ਇਹ ਕੰਮ ਕਰ ਰਹੇ ਸੀ ਲੋਕਾਂ ਦੀਆਂ ਜੇਬਾਂ ਨੂੰ ਚੂਨਾ ਲਾ ਰਹੇ ਸੀ, ਜੇ ਤਾਂ ਉਹਨਾਂ ਦੇ ਸਹਿਯੋਗੀ ਨੇ, ਫਿਰ ਇਹ ਦੇਖਣ। ਜੇ ਨਹੀਂ ਸਹਿਯੋਗੀ ਫਿਰ ਇਹਨਾਂ ਦਾ ਹੜਤਾਲ ਕਰਨ ਦਾ ਕੋਈ ਮਤਲਬ ਨਹੀਂ ਬਣਦਾ ਜੀ। RTA ਦਫ਼ਤਰ ਦਾ ਜਿਹੜਾ ਹੈ ਨਾ, ਕਿਉਂਕਿ ਜੀ ਚਿਪ ਸਮਾਰਟ ਚਿਪ ਕੰਪਨੀ ਨੂੰ ਠੇਕਾ ਦਿੱਤਾ ਗਿਆ ਸਮਾਰਟ ਚਿਪ ਕੰਪਨੀ ਦੇ ਬੰਦੇ ਉਹਦੇ 'ਚ ਕੰਮ ਕਰਦੇ। ਜੇ ਸਮਾਰਟ ਚਿਪ ਕੰਪਨੀ ਦਾ ਬੰਦਾ ਕਰਪਸ਼ਨ ਕਰੇਗਾ ਤੇ ਇਹ 'ਚ RTA ਦਾ ਕੋਈ ਫਰਜ਼ ਨਹੀਂ ਬਣਦਾ ਵੀ ਉਹ ਜਾ ਕੇ ਚੈੱਕ ਕਰੇ ਤੇ ਉਹਨੂੰ ਇੰਨੀਆਂ ਕੰਪਲੇਂਟਾਂ ਆਉਂਦੀਆਂ ਤੇ RTA ਦਾ ਕੋਈ ਫਰਜ਼ ਨਹੀਂ ਬਣਦਾ ਉਹਦੇ 'ਚ ਜਾ ਕੇ ਉੱਥੇ ਕਾਰਵਾਈ ਕਰੇ। ਅਸੀਂ ਲੈ ਹੀ ਤਾਂ ਐਕਸ਼ਨ ਹੀ ਲਾਇਆ, ਹੋਰ ਕੀ ਹੈ। ਕੋਈ ਗੱਲ ਨਹੀਂ, RTA ਸਾਹਿਬ ਨਾਲ ਵੀ ਗੱਲ ਕੀਤੀ, ਉਹ ਕਹਿੰਦਾ ਮੈਂ ਦੇਖ ਲੈਣਾ। ਬਿਲਕੁਲ ਮੇਰੀ ਪ੍ਰਿੰਸੀਪਲ ਸੈਕਟਰੀ ਸਾਹਿਬ ਨਾਲ, ਆਪਣੇ ਜਿਹੜੇ ਗਰਗ ਸਾਹਿਬ ਨੇ ਸਾਡੇ, RTA ਸਾਹਿਬ ਨਾਲ ਵੀ ਗੱਲ ਹੋਈ ਆ, ਕਹਿੰਦੇ ਜੀ ਮੈਂ ਦੇਖ ਲੈਣਾ, ਜਦੋਂ ਵੀ ਉਹਨਾਂ ਨੂੰ ਫੋਨ ਕਰੋ ਇੱਕੋ ਉਹਨਾਂ ਦੀ ਵਾਰਡਿੰਗ ਹੁੰਦੀ, ਮੈਂ ਦੇਖ ਲੈਣਾ। ਵਿਕਾਸ ਗਰਗ ਸਾਹਿਬ ਨਾਲ ਗੱਲ ਹੋਈ ਆ, ਪ੍ਰਿੰਸੀਪਲ ਸੈਕਟਰੀ ਸਾਹਿਬ ਨਾਲ, ਉਹਨਾਂ ਨੇ ਐਕਸ਼ਨ ਲਿਆ, ਬੰਦੇ ਵੀ ਆਏ, ਉਹਦੇ ਕੰਮ ਸ਼ੁਰੂ ਹੋ ਗਿਆ ਹੋਣਾ, ਠੀਕ ਹੈ ਨਾ। ਇਹ ਨਹੀਂ ਕਿ ਸਾਡੀ ਸਰਕਾਰ ਸੁੱਤੀ ਨਹੀਂ ਪਈ, ਜਾਗਦੀ ਆ, ਪਰ ਠੀਕ ਆ, ਕਿਤੇ ਕੁਤਾਹੀ ਕਰਦੇ ਨੇ, ਇਹਨੂੰ ਜਗਾ ਕੇ ਰੱਖਣਾ ਸਾਡਾ ਫਰਜ਼ ਬਣਦਾ ਨਾ। ਜੇ ਹੁਣ ਪਬਲਿਕ ਇਕੱਠੀ ਹੋ ਗਈ ਭਲੇ ਲਈ, ਉੱਥੇ ਪਾਠ ਚੱਲ ਰਿਹਾ ਸੀ, ਮੇਰੀ ਬੇਨਤੀ ਸੁਣੋ ਸਮਰਾਟ ਸਾਹਿਬ ਜੀ, ਸਰਬੱਤ ਦਾ ਭਲਾ, ਵਾਹਿਗੁਰੂ ਸੱਚੇ ਪਾਤਸ਼ਾਹ, ਸਾਰੇ ਡਿਪਾਰਟਮੈਂਟਾਂ ਨੇ ਕੱਲ੍ਹ ਕੀਤਾ, ਇੱਕ RTA ਨੇ ਨਹੀਂ ਕੀਤਾ। 12 ਵਜੇ ਤੋਂ ਪਹਿਲਾਂ ਸਾਰਿਆਂ ਦੇ ਭੋਗ, ਮਤਲਬ ਆਪਣੇ ਸੁਖਮਨੀ ਸਾਹਿਬ ਦੇ ਪਾਠਾਂ ਦੇ ਭੋਗ ਸਭ ਪਾਸੇ ਪੈ ਚੁੱਕੇ ਜੀ। ਲੰਗਰ 1:30 ਵਜੇ ਤੱਕ ਖਤਮ ਹੋ ਜਾਂਦਾ ਹੈਗਾ, ਠੀਕ ਆ। ਜੇ ਤੁਸੀਂ ਮੈਂ 2:30 ਵਜੇ ਗਿਆ ਤੇ 2:30 ਵਜੇ ਤੱਕ ਉੱਥੇ ਕੋਈ ਬੰਦਾ ਨਾ ਆਵੇ ਤਾਂ ਫਿਰ ਤੁਸੀਂ ਦੱਸੋ ਕੌਣ ਜ਼ਿੰਮੇਵਾਰ ਆ। ਫਿਰ ਵੀ ਇਹ ਵੀ ਪਤਾ ਸੀਗਾ ਵੀ ਅੱਜ ਵਰਕਿੰਗ ਡੇ ਆ, ਵੀ ਅਸੀਂ ਆਪਣੇ ਬੰਦਿਆਂ ਦੀਆਂ ਡਿਊਟੀਆਂ ਉਸ ਹਿਸਾਬ ਨਾਲ ਲਾਈਏ ਵੀ ਪਾਠ ਵੀ ਸੁਣ ਕੇ ਆਣ, ਲੰਗਰ ਵੀ ਖਾ ਕੇ ਆਣ, ਪਰ ਜਲਦੀ ਜਲਦੀ ਜਾ ਕੇ ਆਪਣਾ ਦਫ਼ਤਰ ਵੀ ਸਾਂਭ। ਸਰ ਆਮ ਲੋਕ ਜਿਹੜੇ ਉਹ ਕਿਸ ਟਾਈਮ ਰਸ਼ ਲੱਗਿਆ ਹੋਇਆ ਕੰਮ ਕਰਾਉਣ ਲਈ ਖੜੇ ਆ, ਉਹਨਾਂ ਨੂੰ ਕੋਈ ਜਵਾਬ ਨਹੀਂ ਮਿਲਿਆ, ਕੀ ਕਹੋਗੇ? ਦੇਖੋ ਮੈਂ ਆਮ ਲੋਕਾਂ ਨੂੰ ਇਹ ਬੇਨਤੀ ਕਰਨੀ ਚਾਹੁੰਦਾ, ਸਾਡੇ ਸਾਰੇ ਸਤਿਕਾਰਯੋਗ ਵੀ ਤੁਹਾਡੇ ਭਲੇ ਵਾਸਤੇ ਇਹ ਅਸੀਂ ਸਾਰਾ ਕੁਝ ਕਰ ਰਹੇ ਹਾਂ। ਤੁਹਾਡੇ ਲੋਕਾਂ ਨੇ ਸਾਨੂੰ ਆ ਕੇ ਕੰਟੈਕਟ ਕੀਤਾ ਸੀਗਾ, ਜਿਹਦੀ ਕੜੀ ਦੇ ਤਹਿਤ ਅਸੀਂ ਇਹ ਕੱਲ੍ਹ ਇੰਸਪੈਕਸ਼ਨ ਕੀਤੀ ਹੈਗੀ, ਜਿਹਦੇ ਵਿੱਚ ਜਿਹੜੇ ਜਿਹੜੇ ਬੰਦੇ ਉੱਥੇ ਮੌਜੂਦਾ ਗਲਤ ਪਾਏ ਗਏ ਨੇ, ਜਿਨ੍ਹਾਂ ਨੇ ਉੱਥੇ ਇਹ ਕਾਰੋਬਾਰ ਗਲਤ ਤਰੀਕੇ ਨਾਲ ਖੁੱਲ੍ਹਿਆ ਹੋਇਆ ਸੀਗਾ, ਉਹਨਾਂ 'ਤੇ ਅਸੀਂ ਜੋ ਕਾਨੂੰਨੀ ਕਾਰਵਾਈ ਬਣਦੀ ਆ ਉਹ ਹੋ ਰਹੀ ਹੈਗੀ ਆ, ਅਤੇ 2-4 ਦਿਨਾਂ ਦੇ ਵਿੱਚ ਤੁਹਾਡਾ ਮਸਲੇ ਸਾਰੇ ਹੱਲ ਹੋ ਜਾਣਗੇ। ਥੋੜ੍ਹਾ ਅੱਗੇ ਆਪਾਂ ਛੁੱਟੀਆਂ 'ਚ ਵੀ ਇੱਕ ਸਬਰ ਕਰਦੇ ਹਾਂ ਵੀ ਅੱਜ ਛੁੱਟੀਆਂ ਨੇ, ਕ੍ਰਿਸਮਿਸ ਦੀਆਂ ਛੁੱਟੀਆਂ ਵੀ ਹਫ਼ਤਾ ਰਹਿੰਦੀਆਂ ਨੇ, ਦੀਵਾਲੀ ਦੀਆਂ ਛੁੱਟੀਆਂ ਵੀ ਰਹਿੰਦੀਆਂ ਨੇ, ਗੁਰਪੁਰਬ ਦੀਆਂ ਵੀ ਰਹਿੰਦੀਆਂ ਨੇ, ਹੋਰ ਤਿਉਹਾਰਾਂ ਦੀਆਂ ਆਪਾਂ ਛੁੱਟੀਆਂ 'ਚ ਜੇ ਸਬਰ ਕਰਦੇ ਹਾਂ, ਸਾਨੂੰ ਪਤਾ ਹੁੰਦੀ ਛੁੱਟੀਆਂ ਨੇ, ਅੱਜ ਦਫ਼ਤਰ ਬੰਦ ਨੇ, ਤਾਂ ਥੋੜ੍ਹੇ ਦਿਨ ਇਹੀ ਸੋਚ ਲੈਣ ਕਿ ਇਹ ਜੋ ਕਰਪਸ਼ਨ ਦਾ
असी दौर खत्म करने जा रहे हैं। ये छुट्टियां के दौर समझ के पांच चार दिन दस दिन सानू ये थोड़ी देन ताकि असी इन्हों सुचारू ढंग इन्हों सेंटर चला सकते।